ਸਾਸ਼ੀ ਅਕਾਲ ਬੱਚਿਓ 7ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਪੜਨ ਜਾ ਰਹੇ ਹਾਂ ਲੈਸਨ ਨੰਬਰ 13 ਲੈਸਨ ਨੰਬਰ 13 ਜਿਸ ਦਾ ਨਾਮ ਹੈ ਤੀਆਂ ਜੋ ਕਿ ਕਵਿਤਾ ਹੈ ਔਰ ਇਹ ਲਿਖੀ ਹੈ ਜਸਵੀਰ ਕੌਰ ਨੇ ਔਰ ਇਸ ਕਵਿਤਾ ਵਿੱਚ ਕਵੀ ਨੇ ਪੰਜਾਬ ਦੇ ਤਿਉਹਾਰ ਤੀਆਂ ਦਾ ਵਰਣਨ ਕੀਤਾ ਹੈ ਜਿਹਨੂੰ ਤੁਸੀਂ ਤੀਜ ਕਹਿੰਦੇ ਹੋ ਤੀਆਂ ਸਾਵਣ ਦੇ ਮਹੀਨੇ ਆਉਂਦੀਆਂ ਨੇ ਜਿਹਨੂੰ ਅਸੀਂ ਸਾਉਣ ਕਹਿੰਦੇ ਆ ਪੰਜਾਬੀ ਦੇ ਵਿੱਚ ਔਰ ਇਹ ਵਰਖਾ ਦੇ ਮਹੀਨੇ ਵੀ ਚਾਉਂਦੀਆਂ ਨੇ ਵਰਖਾ ਰੁੱਤ ਹੁੰਦੀ ਆ ਉਦੋਂ ਤੇ ਤੀਆਂ ਕਿੱਥੇ ਲੱਗਦੀਆਂ ਨੇ ਬਾਗਾਂ ਵਿੱਚ ਦਰਖਤਾਂ ਦੇ ਥੱਲੇ ਔਰ ਕੁੜੀਆਂ ਇਸ ਵਿੱਚ ਪੀਂਗਾ ਝੂਟਦੀਆਂ ਹਨ ਤੇ ਗਿੱਧਾ ਪਾਉਂਦੀਆਂ ਹਨ ਅਤੇ ਆਪਣੀ ਸਾਰੇ ਦੁੱਖ ਸੁੱਖ ਭੁੱਲ ਜਾਂਦੀਆਂ ਹਨ ਤੇ ਇੱਥੇ ਆ ਕੇ ਖੂਬ ਨੱਚਦੀਆਂ ਟੱਪਦੀਆਂ ਹਨ ਤੇ ਮ제 ਮਾਣਦੀਆਂ ਹਨ ਆਓ ਅਸੀਂ ਕਵਿਤਾ ਪੜ੍ਹਦੇ ਹਾਂ ਤੇ ਨਾਲ ਨਾਲ ਇਸ ਦੀ ਵਿਆਖਿਆ ਕਰਦੇ ਹਾਂ ਸਾਵਣ ਮਹੀਨਾ ਤੀਆਂ ਆਈਆਂ ਨੱਚਣ ਟੱਪਣ ਸਖੀਆਂ ਆਈਆਂ ਕੋਰ ਘਟਾਵਾਂ ਚੜ-ਚੜ ਆਵਣ ਝੜੀਆਂ ਲਾਵੇ ਰੰਗਲਾ ਸਾਵਣ ਨੱਚਣ ਟੱਪਣ ਹਸਣ ਕੁੜੀਆਂ ਛੇਬਰ ਲਾਲਾ ਹਸਣ ਕੁੜੀਆਂ ਤਾਂ ਇਸ ਵਿੱਚ ਜੋ ਕਵੀ ਹੈ ਉਹ ਕਵਿਤਰੀ ਹੈ ਜਸਵੀਰ ਕੋ ਉਹ ਕਹਿ ਰਹੀ ਹੈ ਕਿ ਸਾਵਣ ਦਾ ਮਹੀਨਾ ਆ ਗਿਆ ਹੈ ਤੇ ਤੀਆਂ ਦਾ ਤਿਉਹਾਰ ਆ ਗਿਆ ਹੈ ਤੇ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਸਖੀਆਂ ਹੁੰਦੀਆਂ ਸਹੇਲੀਆਂ ਨੱਚਣ ਟੱਪਣ ਆ ਗਈਆਂ ਨੇ ਸਾਰੀਆਂ ਕੋਰ ਘਟਾਵਾ ਚੜ ਚੜਾਵਣ ਕੋਰ ਘਟਾਵਾ ਮਤਲਬ ਕਾਲੇ ਬੱਦਲ ਜੋ ਹੈ ਚੜ ਚੜ ਕੇ ਆ ਰਹੇ ਨੇ ਅਸਮਾਨ ਵਿੱਚ ਤੇ ਜੋ ਕਿ ਨੇ ਸਾਵਣ ਦੇ ਵਿੱਚ ਰੰਗਲੇ ਸਾਵਣ ਦੇ ਵਿੱਚ ਝੜੀਆਂ ਲਗਾ ਰਨੇ ਝੜੀ ਕੀ ਹੁੰਦੀ ਹੈ ਜਦੋਂ ਕਈ ਕਈ ਦਿਨ ਤੱਕ ਲਗਾਤਾਰ ਮੀਂਹ ਪੈਂਦਾ ਹੈ ਤਾਂ ਉਹਨੂੰ ਅਸੀਂ ਝੜੀ ਕਹਿੰਦੇ ਹਾਂ ਤਾਂ ਬੱਦਲ ਜੋ ਕਿ ਨੇ ਝੜੀ ਲਗਾ ਦਿੰਦੇ ਨੇ ਨੱਚਣ ਟੱਪਣ ਹਸਣ ਕੁੜੀਆਂ ਛੈਬਰ ਲਾਲਾ ਹਸਣ ਕੁੜੀਆਂ ਜੋ ਕੁੜੀਆਂ ਨੇ ਇਸ ਮੌਸਮ ਦੇ ਵਿੱਚ ਧੀਆਂ ਦੇ ਵਿੱਚ ਹੱਸਦੀਆਂ ਨੱਚਦੀਆਂ ਟੱਪਦੀਆਂ ਅਤੇ ਇਕੱਠੀਆਂ ਹੋ ਕੇ ਛੈਬਰ ਲਾਲਾ ਮਤਲਬ ਇਕੱਠੀਆਂ ਹੋ ਕੇ ਹੱਸਦੀਆਂ ਅਤੇ ਨੱਚਦੀਆਂ ਟੱਪਦੀਆਂ ਨੇ ਰੰਗ-ਬਰੰਗੇ ਕੱਪੜੇ ਪਾ ਕੇ ਸੁਪਨੇ ਅੱਖਾਂ ਵਿੱਚ ਸਜਾ ਕੇ ਵੇਖੋ ਕਿੰਜ ਜੁੜੀਆਂ ਨੇ ਕੁੜੀਆਂ ਛੇਬਰ ਲਾਲਾ ਹਸਨ ਕੁੜੀਆਂ ਨੈਕਸਟ ਪੈਰੇ ਦੇ ਵਿੱਚ ਕਵਿਤਰੀ ਕਹਿੰਦੀ ਹੈ ਕਿ ਉਹ ਰੰਗ-ਬਰੰਗੇ ਕੱਪੜੇ ਪਾ ਕੇ ਤੇ ਆਪਣੀ ਅੱਖਾਂ ਦੇ ਵਿੱਚ ਸੁਪਨੇ ਸਜਾ ਕੇ ਅੱਖਾਂ ਦੇ ਵਿੱਚ ਕਿਹੜੇ ਸੁਪਨੇ ਵੀ ਹੁਣ ਸਹੇਲੀਆਂ ਨੂੰ ਮਿਲਾਂਗੇ ਖੁਸ਼ੀ ਨਾਲ ਉੱਥੇ ਪਿੰਗਾ ਝੁੱਟਾਂਗੇ ਨੱਚਾਂਗੇ ਗਾਵਾਂਗੇ ਇਸ ਤਰ੍ਹਾਂ ਆਪਣਾ ਘਰ-ਬਾਰ ਸਾਰਾ ਫੁੱਲ ਕੇ ਉੱਥੇ ਖੁਸ਼ ਹੋ ਕੇ ਆਉਂਦੀਆਂ ਹਨ ਵੇਖੋ ਕਿੰਜ ਜੁੜੀਆਂ ਨੇ ਕੁੜੀਆਂ ਜੁੜੀਆਂ ਮਤਲਬ ਇਕੱਠੀਆਂ ਹੋਈਆਂ ਨੇ ਔਰ ਰਲ ਮਿਲ ਕੇ ਹੱਸ ਖੇਡ ਰਹੀਆਂ ਨੇ ਨੈਕਸਟ ਹੈ ਪਿੰਗਾ ਝੋਟਣ ਲੈਣ ਹੁਲਾਰੇ ਗਾਉਂਦੀਆਂ ਗੀਤ ਪਿਆਰੇ ਪਿਆਰੇ ਦਿਲ ਦੀਆਂ ਗੱਲਾਂ ਕਰਦੀਆਂ ਇੱਥੇ ਮਨ ਦੀਆਂ ਰੀਝਾਂ ਦੱਸਦੀਆਂ ਇੱਥੇ ਇੱਥੇ ਆ ਕੇ ਜਦੋਂ ਆਪਣੀ ਸਹੇਲੀਆਂ ਨਾਲ ਮਿਲਦੀਆਂ ਨੇ ਤਾਂ ਮਿਲ ਕੇ ਉੱਥੇ ਪਿੰਗਾ ਦੇ ਉੱਪਰ ਝੂਟੇ ਲੈਂਦੀਆਂ ਹਨ ਅਤੇ ਹੁਲਾਰੇ ਲੈਂਦੀਆਂ ਹਨ ਜਦੋਂ ਪਿੰਗ ਉੱਪਰ نیچے ਜਾਂਦੀ ਹੈ ਤੇ ਸੋਹਣੇ ਸੋਹਣੇ ਗੀਤ ਗਾਉਂਦੀਆਂ ਹਨ ਤੇ ਆਪਣੇ ਦਿਲ ਦੀਆਂ ਗੱਲਾਂ ਇੱਥੇ ਆ ਕੇ ਇੱਕ ਦੂਜੇ ਨੂੰ ਦੱਸਦੀਆਂ ਹਨ ਤੇ ਉਹ ਜੋ ਵੀ ਉਹਨਾਂ ਦੇ ਮਨ ਦੇ ਚਾਹ ਹੁੰਦੇ ਹਨ ਜਾਂ ਉਹਨਾਂ ਦੀ ਜੋ ਚਾਹਾਂ ਹੁੰਦੀਆਂ ਹਨ ਮਨ ਦੇ ਵਿੱਚ ਉਹ ਇੱਕ ਦੂਜੇ ਨੂੰ ਦੱਸਦੀਆਂ ਹਨ ਸਾਰਾ ਲਾਹਣ ਅਕੇਵਾ ਇੱਥੇ ਜਾਪੇ ਕੋਈ ਨਾ ਰੁਜੇਵਾ ਇੱਥੇ ਤੀਆਂ ਤਾਈ ਨਚਾਵਣ ਤੀਆਂ ਸਭ ਦਾ ਮਨ ਪਰਚਾਵਣ ਤੀਆਂ ਤੀਆਂ ਦੇ ਤੋ ਹਰ ਬਾਰੇ ਦੱਸਿਆ ਗਿਆ ਹੈ ਕਿ ਸਾਰਾ ਲਾਹਣ ਆ ਕੇਵਾ ਇੱਥੇ ਆ ਕੇਵਾ ਮਤਲਬ ਥਕਾਵਟ ਜੋ ਕਰ ਕਰਦੇ ਕੰਮਾਂ ਦੀ ਹੁੰਦੀ ਹੈ ਇੱਥੇ ਆ ਕੇ ਉਹਨਾਂ ਦੀ ਸਾਰੀ ਥਕਾਵਟ ਜੋ ਹੈ ਦੂਰ ਹੋ ਜਾਂਦੀ ਹੈ ਜਾਪੇ ਕੋਈ ਨਾ ਰੁਜੇਵਾ ਇੱਥੇ ਕੋਈ ਰੋਜੇ ਵਾਲਾ ਕੰਮ ਨਹੀਂ ਹੈ ਵੀ ਹੁਣ ਇਹ ਕੰਮ ਪਿਆ ਹੁਣ ਇਹ ਕੰਮ ਪਿਆ ਉਹਨਾਂ ਨੂੰ ਕੋਈ ਇੱਥੇ ਆ ਕੇ ਚਿੰਤਾ ਨਹੀਂ ਹੁੰਦੀ ਧੀਆਂ ਤਾਈ ਨਚਾਵਣ ਧੀਆਂ ਕੀਤਿਆਂ ਦੇ ਤਿਉਹਾਰ ਤੇ ਧੀਆਂ ਆਨੋਂ ਆ ਸਭ ਇਕੱਠੀਆਂ ਹੋ ਕੇ ਜੋ ਨੇ ਨੱਚਦੀਆਂ ਨੇ ਸਬਦਾ ਮਨ ਪਰਚਾਵਣ ਧੀਆਂ ਕੀਤਿਆਂ ਦੇ ਵਿੱਚ ਜੋ ਹੈ ਸਬਦਾ ਕੁੜੀਆਂ ਦਾ ਜੋ ਹੈ ਮਨ ਪਰਚਾਵਾ ਵੀ ਹੋ ਜਾਂਦਾ ਹੈ ਨੈਕਸਟ ਪੈਰਾ ਹੈ ਕਿਸੇ ਨੂੰ ਸਸਨ ਨਾਨ ਦਾ ਚਾ ਕਿਸੇ ਨੂੰ ਸਸਨ ਨਾਨ ਦਾ ਫਾ ਰੀਜ ਦੀ ਲਾਂ ਦੀ ਲਾਵਣ ਇੱਥੇ ਬੋਲੀ ਮਾਈਏ ਦੀ ਪਾਵਣ ਇੱਥੇ ਕਿਸੇ ਨੂੰ ਤਾਂ ਆਪਣੀ ਸਸ ਦੇ ਨਾਨ ਦਾ ਚਾ ਹੈ ਯਾਨੀ ਕਿ ਜਿੰਨਾ ਕੁੜੀਆਂ ਦਾ ਹਜੇ ਵਿਆਹ ਨਹੀਂ ਹੋਇਆ ਉਹਨਾਂ ਨੂੰ ਤਾਂ ਅੱਗੋਂ ਜਾਣ ਦਾ ਚਾਹ ਹੈ ਕਿ ਮੇਰੀ ਸੱਸ ਐਵੇਂ ਦੀ ਹੋਏਗੀ ਨਾਨਣ ਕਿਹੋ ਜੀ ਹੋਏਗੀ ਤੇ ਕਈਆਂ ਨੂੰ ਕੀ ਹੈ ਸਸ ਨਾਨ ਦਾ ਫਾ ਹੈ ਜੋ ਦੁਖੀ ਨੇ ਆਪਣੀ ਸੱਸ ਨਾਨਣ ਤੋਂ ਇੱਥੇ ਆ ਕੇ ਜੋ ਹੈ ਆਪਣੇ ਦਿਲ ਦੀਆਂ ਰੀਜਾਂ ਨੂੰ ਪੂਰਾ ਕਰ ਲੈਂਦੀਆਂ ਨੇ ਤੇ ਇੱਥੇ ਆ ਕੇ ਜਿਨ੍ਹਾਂ ਦੇ ਜੋ ਘਰ ਵਾਲੇ ਨੇ ਬਾਹਰ ਰਹਿੰਦੇ ਨੇ ਉਹ ਇੱਥੇ ਆ ਕੇ ਜਾਂ ਆਪਣੇ ਪਤੀਵਾਰੇ ਜੋ ਨੇ ਬੋਲੀਆਂ ਪਾਉਂਦੀਆਂ ਨੇ ਮਾਈਏ ਬਾਰੇ ਨੈਕਸਟ ਹੈ ਨੱਚ-ਨੱਚ ਪਾਵਨਤਾ ਮਾਲ ਗਿੱਦੇ ਵਿੱਚ ਵੇਖੋ ਸਖੀਆਂ ਦਾ ਕਮਾਲ ਗਿੱਦੇ ਵਿੱਚ ਵੇਖੋ ਮਾਂ ਦੀਆਂ ਬੇਪਰਵਾਹੀਆਂ ਜਾਪਣ ਜਿਉਂ ਮਾਪਿਓ ਮਾਪਿਓ ਜਾਈਆਂ ਕਰਾਚ ਪੱਕਣ ਮਾਲ ਪੂੜੇ ਮਿੱਠੀਆਂ ਖੀਰਾਂ ਵੀ ਬਣਾਈਆਂ ਤੀਆਂ ਆਈਆਂ ਤੀਆਂ ਆਈਆਂ ਸਾਵਣ ਮਹੀਨਾ ਤੀਆਂ ਆਈਆਂ ਇਸ ਪੈਰੇ ਦੇ ਵਿੱਚ ਦੇਖੋ ਕੀ ਦੱਸਿਆ ਨੱਚ ਨੱਚ ਪਾਉਣ ਧਮਾਲ ਗਿੱਧੇ ਵਿੱਚ ਇੱਥੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਤੇ ਕੀ ਕਰਦੀਆਂ ਨੇ ਗਿੱਧੇ ਦੇ ਵਿੱਚ ਧਮਾਲ ਪਾਉਂਦੀਆਂ ਨੇ ਤੇ ਆਪਣਾ ਕਮਾਲ ਵਿਖਾਉਂਦੀਆਂ ਨੇ ਵੇਖੋ ਮੰਨਦੀਆਂ ਬੇਪਰਵਾਹੀਆਂ ਜਾਪਣ ਜਿਉ ਮਾਪਿਓ ਜਾਇਆਂ ਇੱਥੇ ਆਪਣੇ ਮਾਪਿਆਂ ਦੀਆਂ ਜਾਈਆਂ ਮਤਲਬ ਤੀਆਂ ਜੋ ਨੇ ਉਹ ਵੀ ਇੱਥੇ ਆ ਕੇ ਬੇਪਰਵਾਹ ਹੋ ਕੇ ਨੱਚਦੀਆਂ ਟੱਪਦੀਆਂ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਰਹਿੰਦੀ ਘਰਾਂ 'ਚ ਪੱਕਣ ਮਾਲ ਪੂੜੇ ਤੀਆਂ ਦੇ ਤਿਉਹਾਰ ਤੇ ਕੀ ਨੇ ਘਰਾਂ ਦੇ ਵਿੱਚ ਕੀ ਬਣਦੇ ਨੇ ਮਾਲ ਪੂੜੇ ਬੰਦੇ ਨੇ ਮਠਾਈਆਂ ਤੇ ਖੀਰ ਬੰਦੀ ਹੈ ਅੱਗੋਂ ਕਵਿਤਰੀ ਕਹਿੰਦੀ ਹੈ ਤੀਆਂ ਆਈਆਂ ਤੀਆਂ ਆਈਆਂ ਸੌਣ ਮਹੀਨਾ ਤੀਆਂ ਆਈਆਂ ਕੀ ਹੁਣ ਤੀਆਂ ਦਾ ਤਿਉਹਾਰ ਆ ਗਿਆ ਹੈ ਤੇ ਸੌਣ ਦੇ ਮਹੀਨਾ ਵੀ ਆ ਗਿਆ ਹੈ ਤੀਆਂ ਦਾ ਤਿਉਹਾਰ ਤੀਆਂ ਦਾ ਆਹਰ ਵਿਰਸੇ ਦਾ ਸ਼ਿੰਗਾਰ ਰੀਝਾਂ ਦੀ ਬਹਾਰ ਇਸ ਵਿਰਸੇ ਨੂੰ ਨਜ਼ਰ ਨਾ ਲੱਗੇ ਚਲਦਾ ਰਹੇ ਅੱਗੇ ਹੀ ਅੱਗੇ ਅੰਤਮ ਲਾਈਨਾਂ ਦੇ ਵਿੱਚ ਕਵਿਤਰੀ ਕਹਿੰਦੀ ਹੈ ਤੀਆਂ ਦਾ ਤਿਉਹਾਰ ਤੀਆਂ ਦਾ ਆਹਰ ਯਾਨੀ ਤੀਜ ਦੇ ਤਿਉਹਾਰ ਤੇ ਕੁਝ ਮਾਪਿਓ ਜੋ ਨਵੇਂ ਆਪਣੀ ਧੀਆਂ ਦੇ ਘਰ ਜਾਂਦੇ ਨੇ ਤੇ ਉਹਨਾਂ ਨੂੰ ਮਤਲਬ ਜੋ ਸਮਾਨ ਹੁੰਦਾ ਹੈ ਉਹਨਾਂ ਦਾ ਜਾਂ ਉਹ ਦੇ ਕੇ ਆਂਦੇ ਨੇ ਤੇ ਧੀਆਂ ਦਾ ਆਹਰ ਹੋ ਜਾਂਦਾ ਇੱਕ ਬਈ ਹਾਂ ਹੁਣ ਸਾਡੇ ਮਾਪਿਓ ਵੱਲੋਂ ਕੁਝ ਆਏਗਾ ਵਿਰਸੇ ਦਾ ਸ਼ਿੰਗਾਰ ਰੀਜਾਂ ਦੀ ਬਹਾਰ ਤੀਆਂ ਜਾਂ ਤੀਆਂ ਦਾ ਜੋ ਤਿਉਹਾਰ ਹੈ ਉਹ ਸਾਡੇ ਵਿਰਸੇ ਦਾ ਸ਼ਿੰਗਾਰ ਹੈ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ ਤੇ ਰੀਜਾਂ ਦੀ ਬਹਾਰ ਇੱਥੇ ਰੀਜਾਂ ਲੱਗ ਜਾਂਦੀਆਂ ਨੇ ਬਹਾਰ ਆ ਜਾਂਦੀ ਹੈ ਇਸ ਵਿਰਸੇ ਨੂੰ ਨਜ਼ਰ ਨਾ ਲੱਗੇ ਇੱਥੇ ਕਵਿਤਰੀ ਕਹਿੰਦੀ ਹੈ ਕਿ ਸਾਡੀ ਇਸ ਵਿਰਾਸਤ ਨੂੰ ਜੋ ਵਿਰਾਸਤ ਦੀ ਦੌਲਤ ਹੈ ਇਸ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਇਹ ਤਿਉਹਾਰ ਅੱਗੇ ਹੀ ਅੱਗੇ ਚੱਲਦਾ ਰਹੇ ਆਈ ਹੋਪ ਤੁਹਾਨੂੰ ਕਵਿਤਾ ਜੋ ਹੈ ਸਮਝ ਆ ਗਈ ਹੋएगी ਹੁਣ ਅਸੀਂ ਇਸ ਕਵਿਤਾ ਨਾਲ ਰਿਲੇਟਡ ਕਰਾਂਗੇ ਬੁੱਕਪਾਰਟ ਤੇ ਕੱਲ ਅਸੀਂ ਇਸ ਕਵਿਤਾ ਦਾ ਕਰਾਂਗੇ ਸਾਰ ਜੋ ਮੈਂ ਤੁਹਾਨੂੰ ਕਾਪੀ ਤੇ ਲਿਖਵਾਵਾਂਗੀ ਤੇ ਆਓ ਅਸੀਂ ਇਸ ਦਾ ਬੁੱਕਪਾਰਟ ਕਰਦੇ ਹਾਂ ਕੁਐਸਚਨ ਨੰਬਰ 4 ਤੋਂ ਸਭ ਤੋਂ ਪਹਿਲਾਂ ਹਨ ਬਹੁ ਵਿਕਲਪੀ ਪ੍ਰਸ਼ਨ ਸਭ ਤੋਂ ਪਹਿਲਾਂ ਹੈ ਤੀਆਂ ਕਿਹੜੇ ਮਹੀਨੇ ਲੱਗਦੀਆਂ ਹਨ ਤਾਂ ਉਹ ਲੱਗਦੀਆਂ ਹਨ ਸਾਵਣ ਮਹੀਨੇ ਸਾਵਣ ਮਹੀਨੇ ਕੀ ਚੜ੍ਹ ਕੇ ਆਉਂਦਾ ਹੈ ਕਾਲੇ ਬੱਦਲ ਸਾਵਣ ਮਹੀਨੇ ਕੁੜੀਆਂ ਕੀ ਝੋਟਦੀਆਂ ਹਨ ਪਿੰਗਾ ਤੀਆਂ ਵਿੱਚ ਕੁੜੀਆਂ ਦੀ ਕੀ ਹੁੰਦੀ ਹੈ ਕਸਰਤ ਕੁੜੀਆਂ ਨੱਚ ਕੇ ਕੀ ਛਣਕਾਉਂਦੀਆਂ ਹਨ ਵੰਗਾ ਉਸ ਤੋਂ ਬਾਅਦ 21 ਸਟੰਜ਼ਾ ਦਿੱਤਾ ਹੋਇਆ ਕਵਿਤਾ ਵਿੱਚੋਂ ਕਾਪ ਟੁਕੜੀ ਦਿੱਤੀ ਹੋਈ ਹੈ ਕਾਪ ਟੋਟਾ ਦਿਲ ਦੀਆਂ ਗੱਲਾਂ ਕਰਦੀਆਂ ਇੱਥੇ ਮਨ ਦੀਆਂ ਰੀਜਾਂ ਦੱਸਦੀਆਂ ਇੱਥੇ ਸਾਰਾ ਲਾਉਣ ਅਕੇਵਾ ਇੱਥੇ ਜਾਪੇ ਨਾ ਕੋਈ ਰੁਜੇਵਾ ਇੱਥੇ ਤ aí ਦੇ ਵਿੱਚੋਂ ਦੋ ਪ੍ਰਸ਼ਨ ਦਿੱਤੇ ਹੋਏ ਹਨ ਜਿਨ੍ਹਾਂ ਦੇ ਆਨਸਰ ਅਸੀਂ ਲਿਖਣੇ ਹਨ ਪਹਿਲਾ ਕੁਐਸਚਨ ਹੈ ਤੀਆਂ ਕੁੜੀਆਂ ਦਾ ਕੀ ਕੀ ਲਾਉਂਦੀਆਂ ਹਨ ਅਕੇਵਾ ਅਤੇ ਠਕੇਵਾ ਐਸੀ ਤਾਂ ਠਕੇਵਾ ਵੀ ਹੁੰਦਾ ਹੈ ਰੁਜੇਵਾ ਇੱਥੇ ਹੈ ਪਹਿਲੇ ਦੇ ਵਿੱਚ ਰੁਜੇਵਾ ਹੈ ਤਾਂ ਅਸੀਂ ਰੁਜੇਵਾ ਲਿਖਾਂਗੇ ਨੈਕਸਟ ਹੈ ਤੀਆਂ ਵਿੱਚ ਨਚਨ ਟੱਪੜ ਨਾਲ ਕੀ ਹੁੰਦਾ ਹੈ ਦਿਲ ਦੀਆਂ ਗੱਲਾਂ ਤੇ ਮੰਨਦੀਆਂ ਰੀਝਾਂ ਚੁਣੇ ਉਹ ਪੂਰੀਆਂ ਹੋ ਜਾਂਦੀਆਂ ਨੇ ਉਹਨਾਂ ਦੀਆਂ ਵਾਕਾਂ ਵਿੱਚ ਵਰਤੋ ਨੈਕਸਟ ਕੁਐਸਚਨ ਹੈ ਉਹ ਤੁਸੀਂ ਆਪੇ ਕਰ ਸਕਦੇ ਹੋ ਉਸ ਤੋਂ ਬਾਅਦ ਹੈ ਬਹੁ ਵਿਕਲਪੀ ਪ੍ਰਸ਼ਨ ਗ੍ਰਾਮਰ ਨਾਲ ਰਿਲੇਟਿਡ ਵਿਆਕਰਨ ਨਾਲ ਮੇਰਾ ਸਿਰ ਦੁਖਦਾ ਹੈ ਵਾਕ ਵਿੱਚੋਂ ਪੜਨਾਮ ਚੁਣੋ ਤਾਂ ਪੜਨਾਮ ਹੈ ਮੇਰਾ ਨੈਕਸਟ ਹੈ ਸੱਸ ਸ਼ਬਦ ਦਾ ਪੁਲਿੰਗ ਦੱਸੋ ਸੱਸ ਦਾ ਪੁਲਿੰਗ ਹੈ ਸੋਰਾ ਨੈਕਸਟ ਹੈ ਕਾਲੇ ਬੱਦਲ ਚੜ ਆਏ ਹਨ ਵਾਕ ਵਿੱਚ ਕਾਲੇ ਕੀ ਹੈ ਕਾਲੇ ਕੀ ਹੈ ਬੱਦਲ ਦੀ ਵਿਸ਼ੇਸ਼ਤਾ ਦੱਸ ਰਹੇ ਹਨ ਇਸ ਲਈ ਇਹ ਵਿਸ਼ੇਸ਼ਣ ਹਨ ਨੈਕਸਟ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ ਪਿਤਾ ਦਾ ਪਿਤਾ ਕੌਣ ਹੁੰਦਾ ਦਾਦਾ ਪਿਤਾ ਦੀ ਮਾਤਾ ਦਾਦੀ ਮਾਤਾ ਦਾ ਭਰਾ ਮਾਮਾ ਮਾਤਾ ਦਾ ਪਿਤਾ ਨਾਨਾ ਪਿਤਾ ਦਾ ਪਿਤਾ ਮਾਤਾ ਦਾ ਕੀ ਲੱਗਾ ਉਹ ਲੱਗਾ ਸੋਹਰਾ ਠੀਕ ਹੈ ਯੋਗਤਾ ਵਿਸਥਾਰ ਤੁਸੀਂ ਆਪਣੇ ਆਪ ਕਰ ਸਕਦੇ ਹੋ ਪੰਜਾਬ ਦੇ ਕੋਈ ਸੱਤ ਤਿਉਹਾਰਾਂ ਦੇ ਨਾਮ ਲਿਖਣੇ ਨੇ ਲੋਹੜੀ ਦੀਵਾਲੀ ਤੀਆਂ ਕੋਈ ਵੀ ਲਿਖ ਸਕਦੇ ਹੋ ਵਿਸਾਖੀ ਦਾ ਮੇਲਾ ਮੇਲਿਆਂ ਦਾ ਸਰਤਾਜ ਆਖਵਾਉਂਦਾ ਹੈ ਕਿਉਂ ਆਖਵਾਉਂਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਹੈ ਫਸਲਾਂ ਦਾ ਹੀ ਜ਼ਿਆਦਾ ਉਹ ਹੁੰਦਾ ਹੈ ਤੇ ਫਸਲ ਪੱਕਣ ਤੇ ਜੋ ਹੈ ਤੋਹਾਰ ਮਨਾਇਆ ਜਾਂਦਾ ਹੈ ਵਿਸਾਖੀ ਦੀ ਇਤਿਹਾਸਕ ਮਹੱਤਤਾ ਕੀ ਹੈ ਇਹ ਦੱਸਣੀ ਹੈ ਇਹ ਵੀ ਤੁਸੀਂ ਆਪਣੇ ਆਪ ਕਰ ਸਕਦੇ ਹੋ ਕੀ ਮਹੱਤਤਾ ਹੈ ਨੈਕਸਟ ਇਹ ਟੀਚਰਸ ਲਈ ਹੈ ਤੁਸੀਂ ਨਹੀਂ ਕਰਨਾ ਤਾਂ ਇਹ ਆਈ ਹੋਪ ਤੁਹਾਨੂੰ ਜੋ ਹੈ ਬੁੱਕਵਾਰਡ ਸਮਝ ਆ ਗਿਆ ਹੋਵੇਗਾ ਤੇ ਮੈਂ ਪੀਡੀਐਫ ਵੀ ਸੈਂਡ ਕਰ ਦਾਂਗੀ ਜਿਸ ਨੂੰ ਦੇਖ ਕੇ ਤੁਸੀਂ ਬੁੱਕਵਾਰਡ ਜੋ ਹੈ ਆਰਾਮ ਨਾਲ ਕਰ ਸਕਦੇ ਹੋ ਤੇ ਅੱਜ ਦਾ ਤੁਹਾਡਾ ਹੀ ਹੋਮਵਰਕ ਹੈ कि ਤੁਸੀਂ ਕਵਿਤਾ ਨੂੰ ਇੱਕ ਵਾਰੀ ਆਪ ਰੀਡ ਕਰਨਾ ਹੈ ਅਤੇ ਬੁੱਕ ਪਾਰਟੇਸਾ ਕੰਪਲੀਟ ਕਰਨਾ ਹੈ ਧੰਨਵਾਦ